ਫਿਰੋਜ਼ਪੁਰ ਦੀ ਤਵਨ ਕਲੋਨੀ ਦੀ ਰਹਿਣ ਵਾਲੀ ਗੁਰਮੀਤ ਕੌਰ ਨਾਲ ਮੋਬਾਈਲ ਫੋਨ ਤੇ 4 ਲੱਖ ਰੁਪਏ ਦੀ ਠੱਗੀ ਹੋਈ ਹੈ। ਪੀੜਤ ਦਾ ਪੁੱਤਰ ਵਿਦੇਸ਼ ਰਹਿੰਦਾ ਹੈ ਅਤੇ ਗੁਰਮੀਤ ਕੌਰ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਉਂਦਾ ਹੈ ਜਿਸ ਤੇ ਠੱਗ ਪੀੜਤ ਦੇ ਪੁੱਤਰ ਦਾ ਦੋਸਤ ਬਣ ਕੇ ਗੱਲ ਕਰਦਾ ਹੈ ਅਤੇ ਆਪਣੀ ਮਾਂ ਦੇ ਬਿਮਾਰ ਹੋਣ ਦੀ ਝੂਠੀ ਕਹਾਣੀ ਗੁਰਮੀਤ ਕੌਰ ਨੂੰ ਸੁਣਾਉਂਦਾ ਹੈ ਜਿਸ ਤੇ ਤਰਸ ਖਾ ਕੇ ਗੁਰਮੀਤ ਕੌਰ ਉਸ ਦੇ ਖਾਤੇ ਦੇ ਵਿੱਚ 4 ਲੱਖ ਰੁਪਏ ਟ੍ਰਾਂਸਫਰ ਕਰ ਦਿੰਦੀ ਹੈ ਪਰ ਬਾਅਦ ਦੇ ਵਿੱਚ ਗੁਰਮੀਤ ਕੌਰ ਨੂੰ ਆਪਣੇ ਨਾਲ ਠੱਗੀ ਹੋਣ ਦਾ ਖਰਚਾ ਪੈਦਾ ਹੁੰਦਾ ਹੈ। ਜਦੋਂ ਮਾਮਲੇ ਦੀ ਗੰਭੀਰਤਾ ਨਾਲ ਪੁੱਛਪੜਤਾਲ ਹੁੰਦੀ ਹੈ ਤਾਂ ਇਹ ਖਰਚਾ ਸੱਚਾਈ ਵਿੱਚ ਬਦਲ ਜਾਂਦਾ ਹੈ। 8 ਨੰਬਰ FIR ਹੈ ਜੋ ਅਸੀਂ ਦਰਜ ਕੀਤੀ ਹੈ ਗੁਰਮੀਤ ਕੌਰ ਦੇ ਬਿਆਨ ਤੇ। ਗੁਰਮੀਤ ਕੌਰ ਦਾ ਜਿਹੜਾ ਬੇਟਾ ਹੈ ਉਹ US ਵਿੱਚ ਹੈ ਤੇ ਗੁਰਮੀਤ ਕੌਰ ਨੂੰ ਇੱਕ ਅਨਨੋਨ ਨੰਬਰ ਤੋਂ WhatsApp ਕਾਲ ਆਉਂਦੀ ਹੈ ਜੋ ਜਿਹੜਾ ਕਾਲਰ ਹੈ ਉਹ ਕਹਿੰਦਾ ਕਿ ਉਹ ਆਪਣੇ ਉਹਦੇ ਬੇਟੇ ਦਾ ਦੋਸਤ ਹੈ ਤੇ ਜਿਹਦੀ ਮਦਰ ਬਿਮਾਰ ਹੈ ਤੇ ਉਸ ਵਾਸਤੇ ਉਸ ਤੋਂ ਫਾਈਨੈਂਸ਼ੀਅਲ ਹੈਲਪ ਮੰਗਦਾ ਹੈ। ਗੁਰਮੀਤ ਕੌਰ ਵੱਲੋਂ ਉਹਦੇ ਖਾਤੇ ਵਿੱਚ 4 ਲੱਖ ਰੁਪਏ ਪਾਏ ਜਾਂਦੇ ਆ ਜੋ ਉਹਨੂੰ ਬਾਅਦ ਚੋਂ ਪਤਾ ਚੱਲਦਾ ਕਿ ਇਹ ਫਰਾਡ ਹੋ ਗਿਆ ਕਿ ਉਹ ਕਾਲਰ ਐਗਜ਼ਿਸਟ ਨਹੀਂ ਕਰਦਾ ਸੀਗਾ ਉਹਦੇ ਬੇਟੇ ਦਾ ਦੋਸਤ ਨਹੀਂ ਸੀ। ਉੱਥੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਕਾਲ ਆਂਦੀ ਹੈ ਕਿ ਮੇਰੇ ਮੰਮੀ ਬਹੁਤ ਜ਼ਿਆਦਾ ਸੀਰੀਅਸ ਹੋ ਗਏ ਆ। ਹਸਪੀਟਲ ਵਾਲੇ ਕਹਿ ਰਿਹਾ ਕਿ ਤੁਸੀਂ ਪੇਮੈਂਟ ਜਮ੍ਹਾਂ ਕਰਾਓ, ਉਹਨਾਂ ਦਾ ਅਸੀਂ ਟ੍ਰੀਟਮੈਂਟ ਫਿਰ ਸ਼ੁਰੂ ਕਰਾਂਗੇ। ਮੈਨੂੰ ਐਂ ਲੱਗਿਆ ਕਿ ਮੈਨੂੰ ਇਹਦੀ ਹੈਲਪ ਕਰਨੀ ਚਾਹੀਦੀ ਇੱਕ ਇਨਸਾਨੀਅਤ ਦੇ ਨਾਤੇ। ਉਹ ਬੈਂਕ ਬੰਦ ਸੀ ਜਦਕਿ ਮੈਂ ਉਹਨਾਂ ਨੂੰ ਐਮਰਜੈਂਸੀ ਕਹਿ ਕੇ ਬੈਂਕ ਖੁਲਵਾਇਆ ਹੈ। ਮੈਂ ਆਪਣੇ ਹੱਥਾਂ ਨਾਲ ਉਹਦੇ ਅਕਾਊਂਟ ਦੇ ਵਿੱਚ 4 ਲੱਖ ਰੁਪਇਆ ਜਿਹੜਾ ਪਾਤਾ ਪੇ ਕਰਦੇ ਆ ਨਾ ਪੈਸੇ, ਉਹ ਉੱਪਰ ਨਾਮ ਰਹਿ ਜਾਂਦਾ, ਜਿਸ ਤੋਂ ਮੇਰੇ ਦਿਮਾਗ ਵਿੱਚ ਇਹ ਗੱਲ ਆਈ ਕਿ ਨਹੀਂ ਇਹ ਮੇਰੇ ਨਾਲ ਫਰਾਡ ਹੋ ਗਿਆ। ਇੱਕ ਪਾਸੇ ਜਿੱਥੇ ਪੰਜਾਬ ਵਿੱਚ ਲੁੱਟਾਂ ਖੋਹ ਹੋ ਰਹੀਆਂ ਨੇ ਉੱਥੇ ਕੁਝ ਲੋਕ ਅਜਿਹੇ ਨੇ ਜੋ ਬੜੀ ਆਸਾਨੀ ਨਾਲ ਬਿਨਾਂ ਸ਼ੋਰ ਸ਼ਰਾਬੇ ਤੋਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ। ਸੋ ਅੱਜ ਲੋੜ ਹੈ ਅਜਿਹੇ ਲੋਕਾਂ ਤੋਂ ਬਚਣ ਦੀ ਤਾਂ ਜੋ ਤੁਸੀਂ ਸੁਰੱਖਿਅਤ ਰਹਿ ਸਕੋ। ਫਿਰੋਜ਼ਪੁਰ ਤੋਂ ਸਨੀ ਚੋਪੜਾ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।